सारे मिलके उच्च आवाज नाल है लड़ी परेशानियों में सेवा Make it count.
సోమి బుజుర్గాన్ని ਤੂੰ ਕਿਹੜੇ ਮੁਲਕ ਦੀ
ਸਮਝਾ ਦਿਓ ਹੁਸੈਨ ਕਿਸ ਵਾਸਤੇ ਫਰਜ਼ ਸ਼ੁਰੂ ਕੀਤਾ ਬਜ਼ੁਰਗਾਂ ਦੇ ਯਾਦ ਦੋ ਸਤਰਾਂ ਪੜ੍ਹਨਾ ਚਾਹੁੰਦਾ ਬਜ਼ੁਰਗ ਆਦੇ ਨਾ ਹੋਵੇ ਹਾ ਸ਼ਾਮ ਨਾ ਰੁਲੇ ਹਾ ਬਦੂਰ ਦੀਆਂ ਧੀਆਂ ਜਸਤਜੂ ਕਰੇ ਨਾ ਸੈਦ ਹੋ ਕੇ ਹੱਥ ਜੋੜ ਕੇ ਬਹਿੰਦਾ ਕੋਸ਼ਿਸ਼ ਕਰੇ ਨਾ ਮਤਲਬ ਤੇਰੇ ਗੁਨਾਹ ਮਾਫ਼ ਹੁੰਦੇ ਹੋਣ ਨਾ ਹੋਵੇ ਹਾ ਸ਼ਾਮ ਨਾ ਰੁਲੇ ਹਾ ਬਦੂਰ ਦੀਆਂ ਧੀਆਂ ਲਫ਼ ਔਖੇ ਬੇਨਵਾਨ ਸ਼ਾਹ ਸਾਹਿਬ ਲੇਕਿਨ ਮੈਂ ਸੈਦਾ ਕੋਸ਼ਿਸ਼ ਕਰਦਾ ਰਹਿਣਾ ਕਿਨਾਏ ਦੇ ਨਾਲ ਬਣਦਾ ਰਹਿਣਾ ਬਸ ਮੇਰੀਆਂ ਸੈਣੀ ਉਸ ਮਕਾਮ ਤੇ ਆਈ ਹੈ ਜਿੱਥਾਂ ਜ਼ਿਆਦਤੀਆਂ ਦਾ ਰਸ਼ ਆ ਲੋਕ ਪੈ ਪੜਦੇ ਹਨ ਦਰੂਦ ਔਰ ਸਲਾਮ ਇਵੇਂ ਆਖਾਂ ਤੁਹਾਨੂੰ ਸਮਝ ਤਾਂ ਆਉਂਦੀ ਪਈ ਹੈ ਨਾ ਲੋਕ ਪੈ ਪੜਦੇ ਹਨ ਦਰੂਦ ਔਰ ਸਲਾਮ ਔਰ ਐਸਾ ਦਰੂਦ ਔਰ ਸਲਾਮ ਪੜ੍ਹਨ ਨੇ ਬੀਬੀਆਂ ਦੇ ਕੱਪੜਾਂ ਦੇ ਰੰਗ ਤਬਦੀਲ ਹੋ ਗਏ ਦੀਆਂ ਦੇ ਪਰਦੇ ਹੁੰਦੇ ਜੇ ਹੈ ਕਿ ਦੀਏ ਕੋਈ ਦੁੱਖ ਨਾ ਦੇਖੋ ਕੱਪੜਾਂ ਦੇ ਰੰਗ ਤਬਦੀਲ ਹੋ ਗਏ ਬਾਜ਼ਾਰ ਦਾ ਇੱਕ ਐਸਾ ਮੋੜ ਹੈ ਜਿੱਥਾਂ ਤੇਰੇ ਰੱਖ ਰੋਣ ਵਾਲੇ ਇਮਾਮ ਨੇ ਜਿੱਥਾਂ ਤੇ ਬੀਬੀਆਂ ਬਹਿ ਕੇ ਸਫ਼ਰ ਪਈਆਂ ਕਰਦੀਆਂ ਹੈ ਤੇਰੇ ਇਮਾਮ ਦੇ ਮੂੰਹ ਚੋਂ ਬੇਸ਼ੱਕ ਦਾ ਨਿਕਲਾ ਲੰਮ ਤਲਿਦਨੀ ਉਮੀ ਉਹ ਮੇਰੀ ਦਰਦਾਂ ਦੀ ਮਾਰੀ ਮਾਂ ਮੈਂ ਤੂੰ ਇਹੋ ਜਿਹੀ ਹੜਾ ਦੇਖਣ ਵਾਸਤੇ ਪੈਦਾ ਕੀਤਾ ਹੋਈ ਬਸ ਦੋਸਤੋ ਇਹ ਔਖਾ ਔਖਾ ਮੰਜ਼ਰ ਤੇ ਸਫ਼ਰ ਇੱਥੇ ਹਿੰਦਾਂ ਦੀ ਬਾਤੀ ਤੁਹਾਡੇ ਬੱਚਿਆਂ ਨੂੰ ਵੀ ਪਤ ਲੱਗ ਗਿਆ ਮੈਂ ਕਿਹੜਾ ਬਜ਼ੁਰਗਾਂ ਦਾ ਵੈਣ ਪੜਨਾ ਚਾਹੁੰਦਾ ਜਿਹੜਾ ਮੇਰੀ ਪਹਿਚਾਣ ਬਣ ਚੁੱਕਾ ਦੋਸਤੋ ਇਹ ਮਰਜ਼ਾ ਮਿੱਠਾ ਹਿੰਦਾਂ ਦੀ ਬਾਣੀ ਆਈਏ ਮਹੱਲੇ ਚ ਰੋਕਿਆ ਜੀ ਹਮੇਸ਼ਾ ਆਪਣੇ ਪੀਰਾਂ ਦੀ ਤਾਰੀਫ਼ ਕਰੇਗੀ ਆਦੀਆਂ ਮੇਰੇ ਪੀਰ ਮਦੀਨੇ ਵਾਲੇ ਬੜੇ ਆਬੇ ਨੇ ਇਬਾਦਤ ਹੀ ਕਰਦੇ ਰਹਿੰਦੇ ਨੇ ਰੋਂਦੇ ਰਹਿੰਦੇ ਅੱਜ ਮੈਂ ਐਸਾ ਆਬੇ ਦੇ ਲਿਖ ਕੇ ਪਈ ਆਦੀਆਂ ਜਿਹੜਾ ਪੜ੍ਹਦਾ ਕੁਰਾਨ ਨੇ ਰੋਂਦਾ ਰਹਿੰਦੇ ਤੇਰੇ ਪੀਰਾਂ ਤੋਂ ਮੰਜ਼ਲ ਵਧਾਈ ਜਾਂਦਾ ਮੈਂ ਤਾਂ ਤੇਰੀ ਮੁਹੱਬਤ ਨੂੰ ਦੇਖੇ ਦੋ ਲਫ਼ਜ਼ਾਂ ਪੜ੍ਹਨਾ ਤੇਰੇ ਪੀਰਾਂ ਤੋਂ ਮੰਜ਼ਲ ਵਧਾਈ ਜਾਂਦਾ ਹੈ ਉਹ ਰੋਂਦੇ ਹੁਸਨ ਪਾਣੀ ਇਹ ਤਾਂ ਰੱਦ ਬਦਲ ਰੋਂਦਾ ਹੈ ਇਹਦਾ ਹੀ ਨਤਲੀਆਂ ਟੇਕ ਕੇ ਉੱਠਿਆ ਜੀ ਆਦਾ ਮੰਗ ਕਰ ਮੇਰੇ ਪੀਰਾਂ ਤੋਂ ਅਫਜ਼ਲ ਕੌਣ ਹੋ ਸਕਦਾ ਹੈ ਆਦੀ ਮਨ ਤੇ ਹਮੇ ਨਾ ਮੰਨ ਕਹਿੰਦੀ ਵੇ ਖਾਈਆਂ ਛੋਟੇ ਛੋਟੇ ਬੱਚੇ ਵੀ ਤੇਰੇ ਨਾਮ ਦੇ ਵਾਕਿਫ ਹਨ ਬਸ ਦੋਸਤੋ ਦਿਲ ਦੀ ਛੋਟ ਪੈਦਾ ਹੋਏ ਲਿਖੀ ਇਸ ਦਰਖਾਸਤ ਯਜ਼ੀਦ ਨੂੰ ਮੈਂ ਕੈਦੀਆਂ ਦੀ ਮੁਲਾਕਾਤ ਤੇ ਬੈਂਦੀਆਂ ਮੈਂ ਕਾਫੀ ਕੁਝ ਛੋੜ ਕੇ ਵਹਿਣਾਂ ਦੇ ਪਾਸੇ ਪਿਆਉਂਦਾ ਇਜਾਜ਼ਤ ਮਿਲੀ ਲੇਕਿਨ ਗੈਰਤਮੰਦੋ ਇੱਕ ਹੁਕਮ ਦੇ ਸਾਥ ਇਹ ਬੇਗੈਰਤ ਆਖੇ ਮੇਰੇ ਮਹੱਲ ਤੋਂ ਖਿੰਜ ਕੇ ਬਾਜ਼ਾਰ ਦੇ ਮੂੰਹ ਮੋੜ ਤੱਕ ਪਰਦਾਂ ਦਾ ਇੰਤਜ਼ਾਮ ਕਰੋ ਜੇ ਮੈਂ ਗੈਰਤਮੰਦ ਹਾਂ ਅੱਲਾਹ ਦੀ ਜ਼ਾਤ ਲਾਨਤ ਕਰੇ ਇਸ ਮਲਊਨ ਤੇ ਬਸ ਭਾਈਓ ਪਰਦਾਂ ਦੇ ਦਰਮਿਆਨ ਅੰਦਰ ਟੁੱਟਦਿਆਂ ਦੀ ਹਿੰਦਾਂ ਦੀ ਬਹਾਨੀ ਅੱਲਾਹ ਦੀ ਜ਼ਾਤ ਸਹੀ ਸਹਿਜਨ ਦੇ ਦਰਜਾਤ ਬੁਲੰਦ ਫਰਮਾਵੇ ਉਹਦੇ ਅੱਲਾਹ ਜੋ ਬਾਦਸ਼ਾਹ ਹੈ ਅੱਲਾਹ ਜੋ ਬੇਪਰਵਾਹ ਹੈ ਬਹਾਨੀ ਦੀ ਖਾਤਿਰ ਨਕੀਆਂ ਕਨਾਤਾਂ ਹਰੀਦੀਆਂ ਮਿੱਟੀ ਤੇ ਬੈਠੀਆਂ ਹਨ ਬੇਰੀ ਸ਼ਬੀਰ ਦੀਆਂ ਧੀਆਂ ਦੇ ਪਰਦੇ ਹੋਣੇ ਸੋਹਣੀ ਇਬਾਦਤ ਹੋ ਗਈ ਬਹਾਨੀ ਦੀ ਖਾਤਿਰ ਲਗੀਆਂ ਕਨਾਤਾਂ ਹਰੀਰ ਦੀਆਂ ਮਿੱਟੀ ਤੇ ਬੈਠੀਆਂ ਹਨ ਬੇੜੀ ਸ਼ਬੀਰ ਦੀਆਂ ਤੇ ਪਰਦਾਂ ਦੇ ਦਰਮਿਆਨ ਹੁੰਦੀ ਹੋਈ ਤੇਰੇ ਰੱਬ ਮੌਲਾ ਇਮਾਮ ਦੇ ਸਾਹਮਣੇ ਆ ਕੇ ਸਲਾਮ ਕੀਤਾ ਤੂੰ ਰਾਨੀ ਗੁਪਤ ਤੂੰ ਛੁੜੇ ਕੇ ਮੈਂ ਰਹਿਣ ਵਾਲੇ ਪਾਸੇ ਪਿਆਂਗਾ ਮੇਰੇ ਮੌਲਾ ਫਰਮਾਨ ਵੱਕਰ ਸਲਾਮ ਵੱਕਰ ਸਲਾਮ ਕਹਿੰਦੀ ਸਲਾਮ ਵਾਸਤੇ ਲੋਂਗਾ ਬਦਲ ਸੈਦ ਫਰਮਾਨ ਨੇ ਜਿਹੜੀ ਮੁੰਦਰੀ ਹੱਥੀ ਪਾਈ ਖੜੀ ਇਹ ਕਿਤੋਂ ਕਹਿੰਦੀ ਹੈ ਆਦੀ ਰੱਬ ਨਾਲੋਂ ਹੱਥ ਤੇ ਲਾ ਦੇਵਾ ਮੇਰੇ ਮੌਲਾ ਫਰਮਾਨ ਨਹੀਂ ਦੋਸਤੋ ਆਦੀ ਮੈਂ ਸੁਣਾ ਕਿ ਇਸ ਕਰਦਾ ਕਹਿੰਦੀ ਹੈ ਮਦੀਨੇ ਦਾ ਵਾਸਤੇ ਮੈਂ ਤੇ ਕੋਈ ਸਲਾਹ ਦੇਂਦੀ ਆ ਮੈਂ ਤੇ ਕੋ ਮਸ਼ਵਰਾ ਦੇਂਦੀ ਆ ਮੇਰੀ ਸਲਾਹ ਤੇ ਅਮਲ ਕਰ ਕਦੇ ਹੀ ਤੇ ਵਤਨ ਤੇ ਜੀ ਨਵਲ ਵੈਸੇ ਉੱਥਰ ਰਹਿੰਦੇ ਮੇਰੇ ਸਰਦਾਰ ਹੁਸੈਨ ਤੇ ਹੁਸੈਨ ਦੀ ਔਲਾਦ ਕਦੇ ਹੀ ਤੇ ਵਤਨ ਤੇ ਵਨ ਵੈਸੇ ਮੈਂ ਜੀ ਤਰਫ ਮੰਨ ਕੇ ਮੇਰੇ ਸਲਾਮ ਨਹੀਂ ਆਖੇ ਨਹੀਂ ਜਾਣਦੀ ਨਹੀਂ ਸਮਝਦੀ ਕਿ ਹੁਸੈਨ ਦਾ ਦਰਮਾਨ ਕਰਨ ਹੋ ਜੜਗੀ ਹੈ ਦੋਸਤੋ ਇਸਾ ਮੇਰੇ ਮੌਲਾ ਫਰਮਾਨ ਕੇ ਦਾ ਮਸ਼ਵਰਾ ਇਹ ਵੀਰ ਵਹਿਨ ਜਿਹੜਾ ਮਸ਼ਵਰਾ ਦਿੰਦੇ ਬਜ਼ੁਰਗਾਂ ਦੀ ਯਾਦ ਮੈਂ ਪੜਨਾ ਚਾਹਨਾ ਇਹ ਵੀਰ ਵਹਾ ਕਿਆ ਦੀਏ ਮੁਸਾਫਰਾ ਬਲ ਬੰਜੇ ਓ ਵਤਨ ਆਪਣੇ ਯਾਰ ਹੁਸੈਨ ਦਮਨ ਫੈਲਾ ਸੇ ਮੁਸਾਫਰਾ ਬਲ ਬੰਜੇ ਮਾਤਮ ਕਰਕੇ ਆਦੀ ਇਹ ਥਾਂ